हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ 2017 ਦਾ ਗਣਿਤ ਦਾ ਭੋਰਸ਼ਨ ਕਰਦੇ ਪਏ ਆਂ ਆਪਾਂ ਬੇਟਾ 56 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਕਿੰਦਾ ਰਾਮ ਕੋਲ 2 ਕਿਲੋ 400 ਗ੍ਰਾਮ ਲੋਹੇ ਦੇ ਕਿਲ ਹਨ ਅਨਿਲ ਕੋਲ 3 ਕਿਲੋ 200 ਗ੍ਰਾਮ ਲੋਹੇ ਦੇ ਕਿਲ ਹਨ ਜੇ ਉਹਨਾਂ ਨੂੰ 7 ਕਿਲੋ ਅਤੇ 800 ਗ੍ਰਾਮ ਲੋਹੇ ਦੇ ਕਿੱਲਾਂ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਕਿੰਨੇ ਕਿੱਲ ਹੋਰ ਖਰੀਦਣ ਦੀ ਲੋੜ ਹੈ ਤੇ ਬੇਟਾ ਕਿੰਨੇ ਕਿੱਲ ਹੋਰ ਖਰੀਦਣ ਦੀ ਲੋੜ ਹੈ ਪਹਿਲਾਂ ਤਾਂ ਆਪਾਂ ਦੇਖੀਏ ਵੀ ਇਨਾਂ ਕੋਲੇ ਕਿੰਨੇ ਹੈਗੇ ਆ ਠੀਕ ਹੈ RAM ਕੋਲ ਕਿੰਨੇ ਆ ਬੇਟਾ ਹਾਂ ਬੇਟਾ ਤਾਂ RAM ਕੋਲ ਕਿੰਨੇ ਕਿੱਲ ਹੈਗੇ ਆ ਆਪਾਂ ਦੇਖਦੇ ਹਾਂ ਹਾਂ ਬੇਟਾ ਤਾਂ ਆਪਾਂ ਦੇਖਦੇ ਆਂ ਰਾਮ ਕੋਲ ਕਿੰਨੇ ਕਿਲ ਹੈਗੇ ਆਂ ਰਾਮ ਕੋਲ ਹੈਗੇ ਆ 2 ਕਿਲੋ 400 ਗ੍ਰਾਮ ਠੀਕ ਹੈ ਬੇਟਾ ਫੇਰ ਬੇਟਾ ਅਨਿਲ ਕੋਲ ਕਿੰਨੇ ਆਂ 3 ਕਿਲੋ 200 ਗ੍ਰਾਮ ਠੀਕ ਹੈ ਤੇ ਬੇਟਾ ਆਪਾਂ ਇਹਨਾਂ ਦੇ ਕੁੱਲ ਕਿਲ ਦੇਖ ਲੈਨੇ ਕਿੰਨੇ ਆ ਠੀਕ ਹੈ ਦੋਵਾਂ ਕੋਲੇ ਕੁੱਲ ਕਿੰਨੇ ਹੋਗੇ 0 ਦੀ 0 0 ਦੀ 0 4 ਤੇ 2 6 3 ਤੇ 2 5 5 ਕਿਲੋ 600 ਗ੍ਰਾਮ ਬੇਟਾ ਇਹਨਾਂ ਕੋਲੇ ਕੁੱਲ ਕਿਲ ਹੈਗੇ ਆ ਅੱਗੇ ਉਹ ਕੀ ਕਹਿੰਦਾ ਪਿਆ ਕਹਿੰਦਾ ਜੇ ਉਹਨਾਂ ਨੂੰ 7 ਕਿਲੋ 800 ਗ੍ਰਾਮ ਲੋਹੇ ਦੇ ਕਿੱਲਾਂ ਦੀ ਲੋੜ ਆ ਤਾਂ ਕਿੰਨੇ ਕਿਲ ਹੋਰ ਖਰੀਦਣ ਦੀ ਲੋੜ ਆ ਬੇਟਾ ਆਪਾਂ 7 ਕਿਲੋ 800 ਗ੍ਰਾਮ ਦੇ ਵਿੱਚੋਂ 5 ਕਿਲੋ 600 ਗ੍ਰਾਮ ਘਟਾ ਦਾਂਗੇ ਉਹ ਆਪਣਾ ਉੱਤਰ ਆ ਜਾਊਗਾ ਵੀ ਕਿੰਨੇ ਕਿਲ ਹੋਰ ਖਰੀਦਣ ਦੀ ਲੋੜ ਹੈ ਠੀਕ ਹੈ ਬੇਟਾ ਤਾਂ 0 ਦੀ 0 0 ਦੀ 0 8ਾਂ ਚੋਂ 6 ਗਏ 2 ਠੀਕ ਹੈ 7ਾਂ ਚੋਂ 5 ਗਏ 2 ਤਾਂ ਬੇਟਾ 2 ਕਿਲੋ 200 ਗ੍ਰਾਮ ਹੋਰ ਕਿੱਲਾਂ ਦੀ ਲੋੜ ਉਹਨਾਂ ਨੂੰ ਹੈਗੀ ਹੈ ਜੇ ਉਹਨਾਂ ਨੇ 7 ਕਿਲੋ 800 ਗ੍ਰਾਮ ਲੋਹੇ ਦੇ ਕਿੱਲੇ ਚਾਹੀਦੇ ਆ ਤਾਂ ਇਹਨਾਂ ਨੂੰ 2 ਕਿਲੋ 200 ਗ੍ਰਾਮ ਹੋਰ ਕਿੱਲ ਖਰੀਦਣੇ ਪੈਣਗੇ ਆਪਾਂ ਆਲਟਰਨੇਟਿਵ ਆਨਸਰ ਦੇਖ ਲੈਣੇ ਆ ਤੇ ਬੇਟਾ ਆ ਦੇਖੋ b ਆਲਟਰਨੇਟਿਵ ਆਨਸਰ ਦੂਜਾ ਆਲਟਰਨੇਟਿਵ ਆਨਸਰ 2 ਕਿਲੋ 200 ਗ੍ਰਾਮ ਉੱਤਰ ਦਿੱਤਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਸਵਾਲ ਨੰਬਰ 56 ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ